मॉर्निंग स्टूडेंट्स, डे टू दे विच आपां अगलियां जिहड़ियां इंपोर्टेंट क्रियावां है ओह रिवाइज करांगे। इत्थे पहली क्रिया है कैल्शियम ऑक्साइड दी पानी दे नाल प्रतिक्रिया। बेटा सानूं पता है कि सानूं एग्जाम विच क्वेश्चन आंदा है कि चूज करो कि केड़ी क्रिया संयोजन है जां विस्थापन है जां दोहरा विस्थापन है, तां उस दे विच कैल्शियम ऑक्साइड दी जिहड़ी पानी नाल प्रतिक्रिया है इह संयोजन क्रिया है। संयोजन क्रिया किस तरह कि कैल्शियम ऑक्साइड पानी दे नाल संयोज करके नवी जिहड़ी चीज बनांदा है उस ओह है कैल्शियम हाइड्रोक्साइड। कैल्शियम ऑक्साइड दे ऑक्साइड नूं आपां की कहिंदे आ, इस नूं आपां कहिंदे आ अनबुझिया चूना। अनबुझिया चूना ते इह जदों मिल जांदा है पानी दे नाल तां साडे कोल कैल्शियम हाइड्रोक्साइड बनांदा है जिहनूं आपां बुझिया चूना कहिंदे आ। प्रश्न इत्थे इह वी पुछिया जा सकदा है कि बीकर दे विच जदों आपां कैल्शियम ऑक्साइड दी रिएक्शन पानी दे नाल करदे हां ते जिहड़ा बीकर है गर्म क्यों हो जांदा है? क्यों? क्योंकि इह ताप निकासी क्रिया है। इस दे विच ताप की है निकलदा है जिस करके इह क्रिया नूं आपां संयोजन भी कह सकदे हां अते ताप निकासी भी कह सकदे हां। इत्थे रिएक्शन देखो जरा, CaO कैल्शियम ऑक्साइड बुझिया अनबुझिया चूना जदों इस विच पानी मिलाया जांदा है तां साडे कोल बुझिया चूना बन जांदा है CaOH2 जिहनूं आपां कहिंदे आ कैल्शियम हाइड्रोऑक्साइड। ठीक है, हुण नेक्स्ट जिहड़ी क्रिया आपां करांगे बहुत ही इंपोर्टेंट क्रिया है, दोहरा विस्थापन प्रतिक्रिया। इस क्रिया विच आपां सोडियम सल्फेट दी रिएक्शन बेरियम क्लोराइड दे नाल करांगे। ਹੁਣ ਦੋਹਰਾ ਵਿਸਥਾਪਨ ਜਦੋਂ ਇੱਕ ਨੰਬਰ ਦਾ ਪ੍ਰਸ਼ਨ ਆਉਂਦਾ ਹੈ ਔਰ ਇਹ ਕਿਰਿਆ ਦਿੱਤੀ ਹੁੰਦੀ ਹੈ ਔਰ ਪਿਛਲੇ ਐਗਜ਼ਾਮ 'ਚ ਵੀ ਇਹ ਕਿਰਿਆ ਸੀਗੀ ਕਿ ਇਹ ਕਿਹੜੀ ਕਿਰਿਆ ਹੈ, ਤਾਂ ਆ ਦੇਖੋ ਸੋਡੀਅਮ ਨੇ ਕਿਹਦੀ ਜਗ੍ਹਾ ਲੈ ਲਈ ਹੈ? ਸੋਡੀਅਮ ਨੇ ਬੇਰੀਅਮ ਦੀ ਜਗ੍ਹਾ ਲੈ ਲਈ ਹੈ ਔਰ ਬੇਰੀਅਮ ਨੇ ਕਿਹਦੀ ਜਗ੍ਹਾ ਲੈ ਲਈ ਹੈ? ਸੋਡੀਅਮ ਦੀ। ਜਿਹੜਾ ਐਂਡ ਪ੍ਰੋਡਕਟਸ ਹੈ ਸਾਡੇ ਕੋਲ, ਜਿਹੜੇ ਸਾਡੇ ਕੋਲ ਪ੍ਰੋਡਕਟਸ ਹੈ ਉਹ ਬਣੇ ਬੇਰੀਅਮ ਸਲਫੇਟ ਜਮਾ ਸੋਡੀਅਮ ਕਲੋਰਾਈਡ ਔਰ ਇਹ ਦੋਹਰਾ ਵਿਸਥਾਪਨ ਹੋਇਆ ਹੈ, ਇਸ ਲਈ ਇਸ ਪ੍ਰਤੀਕਿਰਿਆ ਨੂੰ ਆਪਾਂ ਦੋਹਰਾ ਵਿਸਥਾਪਨ ਕਹਿੰਦੇ ਹਾਂ। ਇੱਥੇ ਇੱਕ ਪ੍ਰਸ਼ਨ ਹੋਰ ਪੁੱਛਿਆ ਜਾਂਦਾ ਹੈ ਕਿ ਬੇਰੀਅਮ ਸਲਫੇਟ ਦੇ ਅਫਕੇਪ ਜੋ ਬਣਦੇ ਹਨ ਉਸ ਦਾ ਕਿਹੜਾ ਰੰਗ ਹੁੰਦਾ ਹੈ? ਬੇਰੀਅਮ ਸਲਫੇਟ ਦੇ ਅਫਕੇਪਾਂ ਦਾ ਚਿੱਟਾ ਰੰਗ ਹੁੰਦਾ ਹੈ। ਇਹ ਪ੍ਰਸ਼ਨ ਪੁੱਛਿਆ ਜਾਂਦਾ ਐਗਜ਼ਾਮ ਦੇ ਵਿੱਚ ਕਿ ਬੇਰੀਅਮ ਸਲਫੇਟ ਦੇ ਅਫਕੇਪਾਂ ਦਾ ਕਿਹੜਾ ਰੰਗ ਹੁੰਦਾ ਹੈ? ਬੇਰੀਅਮ ਸਲਫੇਟ ਦੇ ਅਫਕੇਪਾਂ ਦਾ ਚਿੱਟਾ ਰੰਗ ਹੁੰਦਾ ਹੈ। ਇਸ ਤੋਂ ਬਾਅਦ ਮੈਂ ਬਹੁਤ ਇੰਪੋਰਟੈਂਟ ਕਿਰਿਆ ਲਈ ਹੈ ਜੋ ਹੈ ਪਾਣੀ ਦਾ ਬਿਜਲੀ ਅਪਘਟਨ ਔਰ ਇਸ ਦੇ ਬਹੁਤ ਸਾਰੇ ਸਵਾਲ ਪੇਪਰ 'ਚ ਆਉਣ ਦੀ ਗੁੰਜਾਇਸ਼ ਹੈ। ਪਾਣੀ ਦਾ ਅਪਘਟਨ ਔਰ ਉਹ ਵੀ ਬਿਜਲੀ ਦੀ ਪ੍ਰੈਜ਼ੈਂਸ 'ਚ, ਇੱਕ ਤਾਂ ਤੁਹਾਡੀ ਉਦਾਹਰਣ ਹੋ ਗਈ ਅਪਘਟਨ ਦੀ, ਪਾਣੀ ਨੂੰ ਆਪਾਂ ਬਿਜਲੀ ਧਾਰਾ ਦੇ ਵਿੱਚ ਤੋੜਿਆ ਤੇ ਕੁਐਸਚਨ ਪੁੱਛਿਆ ਜਾਂਦਾ ਹੈ ਕਿ ਕਿਹੜੀਆਂ ਦੋ ਗੈਸਾਂ ਨਿਕਲੀਆਂ? ਉੱਤਰ ਤੁਹਾਡੇ ਸਾਹਮਣੇ ਹੈ, ਹਾਈਡਰੋਜਨ ਗੈਸ ਤੇ ਆਕਸੀਜਨ ਗੈਸ। ਪਰ ਇੱਥੇ ਪ੍ਰਸ਼ਨ ਇਹ ਵੀ ਪੁੱਛਿਆ ਜਾਂਦਾ ਹੈ ਕਿ ਕਿਹੜੇ ਟਰਮੀਨਲ ਤੇ ਹਾਈਡਰੋਜਨ, ਜਿਸ ਬੱਚੇ ਬਹੁਤ ਜ਼ਿਆਦਾ ਕਨਫਿਊਜ਼ ਹੁੰਦੇ ਹਨ ਕਿ ਕਿਹੜੇ ਟਰਮੀਨਲ ਤੇ ਹਾਈਡਰੋਜਨ ਗੈਸ ਨਿਕਲੀ ਅਤੇ ਕਿਹੜੇ ਟਰਮੀਨਲ ਤੇ ਆਕਸੀਜਨ ਗੈਸ ਨਿਕਲੀ। ਬੇਟਾ ਦੇਖੋ ਮੈਂ ਟਰਮੀਨਲ ਮੈਂਸ਼ਨ ਕੀਤੇ, ਕੈਥੋਡ ਯਾਨੀ ਨੈਗੇਟਿਵ ਸੀ ਤੇ ਐਚ ਨਿਕਲੀ, ਕੈਥੋਡ ਇਹਦਾ ਬੇਟਾ ਕੋਡ ਬਣਾ ਲਓ ਤੁਸੀਂ, ਸੀ ਐਚ ਯਾਨੀ ਕੈਥੋਡ ਤੇ ਹਾਈਡਰੋਜਨ ਗੈਸ ਨਿਕਲੀ ਔਰ AO ਐਨੋਡ ਤੇ ਆਕਸੀਜਨ ਗੈਸ ਨਿਕਲੀ। ਇੱਥੇ ਇੱਕ ਗੱਲ ਮੈਂ ਹੋਰ ਕਲੀਅਰ ਕਰਾਂਗੀ, ਕੈਥੋਡ ਇਜ਼ ਨੈਗੇਟਿਵ ਰਿਨ ਟਰਮੀਨਲ ਤੇ ਐਨੋਡ ਕੀ ਹੈ? ਪੋਜ਼ਿਟਿਵ ਪਲੱਸ ਟਰਮੀਨਲ। ਬੇਟਾ ਆ ਪ੍ਰਸ਼ਨ ਦਾ ਉੱਤਰ ਤੇ ਬਹੁਤ ਆਸਾਨੀ ਨਾਲ ਸਾਰੇ ਦੇ ਦਿੰਦੇ ਹੈ ਕਿ ਪਾਣੀ ਦੇ ਅਪਘਟਨ ਨਾਲ ਕਿਹੜੀਆਂ ਗੈਸਾਂ ਨਿਕਲੀਆਂ? ਦੋ ਗੈਸਾਂ ਨਿਕਲੀਆਂ, ਹਾਈਡਰੋਜਨ ਤੇ ਆਕਸੀਜਨ। ਪਰ ਜਿਹੜੇ ਪ੍ਰਸ਼ਨ 'ਚ ਬੱਚੇ ਕਨਫਿਊਜ਼ ਹੁੰਦੇ ਹਨ ਉਹ ਇਹ ਹੈ ਕਿ ਹਾਈਡਰੋਜਨ ਕਿਹੜੇ ਟਰਮੀਨਲ ਤੇ ਨਿਕਲੀ ਤੇ ਆਕਸੀਜਨ ਕਿਹੜੇ ਟਰਮੀਨਲ ਤੇ ਨਿਕਲੀ। ਇੱਥੋਂ ਮੈਂ ਤੁਹਾਨੂੰ ਕਿਹਾ CH ਹਾਈਡਰੋਜਨ ਕੈਥੋਡ ਤੇ ਨਿਕਲੀ ਅਤੇ ਆਕਸੀਜਨ ਐਨੋਡ ਤੇ ਨਿਕਲੀ। ਅਗਲੀ ਵੀਡੀਓ ਵਿੱਚ ਮੈਂ ਅਗਲੀਆਂ ਤਿੰਨ ਇੰਪੋਰਟੈਂਟ ਕਿਰਿਆਵਾਂ ਤੇ ਉਹਨਾਂ ਦੇ ਰਿਲੇਟਡ ਸਾਰੇ ਪ੍ਰਸ਼ਨ ਉੱਤਰ ਤੁਹਾਡੇ ਕੋਲ ਲੈ ਕੇ ਆਵਾਂਗੀ। ਥੈਂਕ ਯੂ ਸੋ ਮੱਚ।